ਅਸੀਂ ਇੱਥੇ ਜਾ ਰਹੇ ਹਾਂ ਜੀ ਆਹ ਜਗ੍ਹਾ ਦੇ ਉੱਤੇ ਹੁਣ ਫਿਲਹਾਲ, ਫਿਰ ਦੈਨ ਤੁਹਾਨੂੰ ਉਹ ਮਿਨਿਸਟਰੀ ਦਿਖਾਵਾਂਗੇ ਅਸੀਂ, ਉਹ ਮਿਨਿਸਟਰੀ ਆ ਉੱਪਰ ਲੇਹ ਦੀ। ਹੈਗੀ ਹੈ 11,556 ਫਿੱਟ। ਤੁਸੀਂ ਲੇਹ ਸਿਟੀ ਸਾਰੀ ਚੈੱਕ ਕਰ ਸਕਦੇ ਹੋ। ਹੁਣ ਅਸੀਂ ਜਾ ਰਹੇ ਹਾਂ ਮਿਨਿਸਟਰੀ ਦੇ ਉੱਤੇ, ਬੜੀ ਉੱਪਰ ਆ। ਬਾਕੀ ਲੇਹ ਸਿਟੀ ਦੇਖੋ ਤੁਸੀਂ ਕਿੱਡੀ ਸੋਹਣੀ ਆ, ਪਹਾੜਾਂ ਦੇ ਵਿੱਚ ਘਿਰੀ ਹੋਈ। ਚੀਜ਼ਾਂ ਅਸੀਂ ਉਹ ਦਿਖਾਈਆਂ ਤੁਹਾਨੂੰ, ਕਿਹੜੀ ਕਿਹੜੀਆਂ ਨੇ ਇੱਥੇ ਦੇਖਣ ਵਾਲੀਆਂ, ਮਾਰਕੀਟ ਦੇਖਣ ਵਾਲੀ ਆ, ਉਹ ਵੀ ਤੁਹਾਨੂੰ ਨੈਕਸਟ ਵਲੌਗ ਵਿੱਚ ਦਿਖਾਵਾਂਗੇ। ਅਤੇ ਜੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਬਾਕੀ ਇੱਦਾਂ ਦੀ ਇਨਫੋਰਮੇਸ਼ਨ ਤੁਹਾਨੂੰ ਹੋਰ ਅੱਗੇ ਵੀ ਅਸੀਂ ਜਾ ਰਹੇ ਉਹ ਵੀ ਦੇਵਾਂਗੇ। ਅਤੇ ਬਾਕੀ ਬਹੁਤ ਸੋਹਣਾ ਵਿਊ ਆ। ਹੈਲੋ ਫਰੈਂਡਸ, ਗੁੱਡ ਮਾਰਨਿੰਗ। ਅਸੀਂ ਇਸ ਟਾਈਮ ਹੈਗੇ ਹਾਂ ਲੇਹ, ਅਤੇ ਹੁਣ ਅਸੀਂ ਮਾਰਕੀਟ ਘੁੰਮਾਂਗੇ ਥੋੜ੍ਹੀ ਬਹੁਤੀ, ਕੀ ਇੱਥੇ ਦੇਖਣ ਨੂੰ ਮਿਲਦਾ ਮਾਰਕੀਟ ਦੇ ਵਿੱਚ, ਅਤੇ ਹੋਰ ਇੱਥੇ ਆਪਾਂ ਕੀ ਖਾ ਪੀ ਸਕਦੇ ਹਾਂ, ਇੱਦਾਂ ਦੀ ਇਨਫੋਰਮੇਸ਼ਨ ਸ਼ੇਅਰ ਕਰੂੰਗਾ। ਅਤੇ ਆ ਜਾਓ ਆਪਾਂ ਚੱਲਦੇ ਹਾਂ ਮਾਰਕੀਟ। ਇਹ ਮੇਨ ਬਾਜ਼ਾਰ ਹੈ ਇੱਥੋਂ ਦਾ, ਸਾਰਾ ਲੰਬੇ ਦਾ ਲੰਬਾ, ਵੱਡੇ ਦਾ ਵੱਡਾ, ਅਤੇ ਕਾਫੀ ਕੁਛ ਹੈ ਸ਼ੋਪਿੰਗ ਕਰਨ ਵਾਸਤੇ, ਕਾਫੀ ਮਾਰਕੀਟ ਦਾ ਕਿੰਨਾ ਕੁਛ ਆ। ਸ਼ਰਟਸ ਮਿਲਣਗੀਆਂ ਜਿਹਦੇ ਉੱਤੇ ਕਿ ਧਾਗੇ ਨਾਲ ਲਿਖਿਆ ਜਾਂਦਾ ਆ, ਅਤੇ ਮੇਰੀ ਪਹਿਲੀ ਸ਼ਰਟ ਜਿਹੜੀ ਮੈਂ ਉੱਥੋਂ ਬਣਵਾ ਰਿਹਾ ਲੇਹ ਤੋਂ, ਅਤੇ ਸਰ ਉਹਨੇ ਬਣਾ ਕੇ ਦਿੰਦੇ ਨੇ। ਸਰ ਸਾਡੀਆਂ ਸ਼ਰਟਸ ਬਣ ਗਈਆਂ, ਦੇਖੋ ਚੈੱਕ ਕਰੋ, ਲੇਹ ਬਣਾ ਕੇ ਦਿੰਦੇ ਨੇ ਤਾਂ। ਹਾਂਜੀ, ਬਹੁਤ ਟੇਸਟੀ ਫੂਡ ਮਿਲਿਆ, ਕਾਫੀ ਸੋਹਣਾ ਕੈਫੇ ਆ ਇਹ, ਅਤੇ ਕੋਰਨਰ ਜੇ ਇਹਦੇ ਆ, ਅਤੇ ਸਾਰਾ ਕੁਛ ਟੇਸਟੀ ਆ, ਕਾਫੀ ਕੁਛ ਟੇਸਟੀ ਆ। ਤੁਸੀਂ ਦੇਖ ਸਕਦੇ ਵਿਊ ਕਿੱਡਾ ਸੋਹਣਾ ਆ।